ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਚੈਨਲ ਪੰਜਾਬ ਇੱਧਰ 'ਤੇ ਸਵਾਗਤ ਹੈ ਤੁਹਾਡਾ ਸਭ ਦਾ। ਸੋ ਮੌਸਮ ਦੀ ਗੱਲ ਕਰਦੇ ਹਾਂ, ਅੱਜ 18 ਅਗਸਤ ਰਾਤ ਦੀ ਕੀ ਅਪਡੇਟ ਹੈ। ਸੋ ਇਹਦੇ ਵਿੱਚ ਅੱਜ ਪਹਿਲਾਂ ਜਿਵੇਂ ਦਿਨ ਦੇ ਵੇਲੇ ਵੀ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀਗੀ ਸਵੇਰ ਦੀ ਵੀਡੀਓ ਦੇ ਵਿੱਚ ਕਿ ਦੁਪਹਿਰ ਤੱਕ ਪੰਜਾਬ ਦਾ ਮੌਸਮ ਠੀਕ ਹੈ, ਦੁਪਹਿਰ ਤੋਂ ਬਾਅਦ ਆਪਾਂ ਨੂੰ ਗਰਜ ਚੌਂਕ ਵਾਲੇ ਪੈਚੀ ਰੂਪ ਵਿੱਚ ਪੰਜਾਬ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ। ਤਾਂ ਉਸੇ ਤਰ੍ਹਾਂ ਦੀ ਹੀ ਮੌਸਮੀ ਹਲਚਲ ਦੁਪਹਿਰ ਤੋਂ ਸ਼ੁਰੂ ਹੋਈ ਸੀ ਪੰਜਾਬ ਦੇ ਵਿੱਚ, ਜਿਵੇਂ ਲੁਧਿਆਣੇ ਜ਼ਿਲ੍ਹੇ ਦੇ ਕਈ ਹਿੱਸਿਆਂ ਦੇ ਵਿੱਚ ਤਕੜੀ ਭਰਵੀਂ ਬਰਸਾਤ ਲਗਭਗ ਅੱਧੇ ਪੌਣੇ ਘੰਟੇ ਦਾ ਸਪੈਲ ਲੱਗਿਆ। ਅਤੇ ਉਸ ਤੋਂ ਬਿਨਾਂ ਦੁਪਹਿਰ ਤੋਂ ਬਾਅਦ ਹੀ ਲਗਭਗ ਕੁਝ ਅੰਮ੍ਰਿਤਸਰ ਸਾਈਡ ਦੇ ਜਿਹੜੇ ਸਰਹੱਦੀ ਇਲਾਕੇ ਹੋ ਗਏ ਜਾਂ ਕੁਝ ਤਰਨ ਤਾਰਨ ਸਾਹਿਬ ਦੇ ਇਲਾਕੇ, ਇਹਨਾਂ ਹਿੱਸਿਆਂ ਵਿੱਚ ਵੀ ਬੱਦਲਾਂ ਦੀ ਹਲਚਲ ਹੋਈ ਹੈ। ਅਤੇ ਉੱਥੇ ਹੀ ਫਾਜ਼ਿਲਕਾ, ਫਰੀਦਕੋਟ ਦੇ ਜਿਹੜੇ ਇਲਾਕੇ, ਮੁਕਤਸਰ ਸਾਹਿਬ ਦੇ ਕੁਝ ਇਲਾਕੇ, ਫਾਜ਼ਿਲਕਾ ਅਤੇ ਮੁਕਤਸਰ ਸਾਹਿਬ ਦੇ ਇਲਾਕੇ ਜਿਹੜੇ ਰਾਜਸਥਾਨ ਦੇ ਨੇੜਲੇ ਹਿੱਸੇ ਨੇ, ਉਹਨਾਂ ਹਿੱਸਿਆਂ ਵਿੱਚ ਵੀ ਬੱਦਲਾਂ ਦੀ ਗਰਜ ਚਮਕ ਦੇਖਣ ਨੂੰ ਮਿਲੀ ਹੈ। ਅਤੇ ਸ਼ਾਮ ਦੇ ਵੇਲੇ ਵੀ ਕੁਝ ਇਲਾਕੇ ਬਠਿੰਡਾ ਸਾਈਡ ਦੇ ਅਤੇ ਆਪਣੇ ਜਿਹੜੇ ਕੁਝ ਪੂਰਬੀ ਹਿੱਸੇ ਨੇ, ਕੁਝ ਚੰਡੀਗੜ੍ਹ ਮੋਹਾਲੀ ਸਾਈਡ ਦੇ ਇਲਾਕੇ ਹੋ ਗਏ ਜਾਂ ਨੰਗੜ ਅਨੰਦਪੁਰ ਸਾਹਿਬ ਦੇ ਇਲਾਕੇ, ਇਹਨਾਂ ਇਲਾਕਿਆਂ ਵਿੱਚ ਬੱਦਲਵਾਈ ਫਿਲਹਾਲ ਹੁਣ ਬਣੀ ਹੋਈ ਹੈ। ਅਤੇ ਹੁਣ ਤੋਂ ਲੈ ਕੇ ਯਾਨੀ ਦੇਰ ਸ਼ਾਮ ਤੋਂ ਲੈ ਕੇ ਅੱਧੀ ਰਾਤ ਤੱਕ ਪੰਜਾਬ ਦੇ ਆਪਾਂ ਜਿਹੜੇ ਹਿੱਸਿਆਂ ਵਿੱਚ ਬੱਦਲਵਾਈ ਮੀਂਹ ਦੇ ਅਸਾਰ ਨੇ, ਉਹਦੇ ਵਿੱਚ ਅੰਮ੍ਰਿਤਸਰ ਦੇ ਇਲਾਕੇ, ਤਰਨ ਤਾਰਨ ਸਾਹਿਬ ਦੇ ਕੁਝ ਭਾਗ, ਨਾਲ ਲੱਗਦੇ ਫਿਰੋਜ਼ਪੁਰ ਦੇ, ਬਾਕੀ ਜਲੰਧਰ ਕਪੂਰਥਲਾ ਦੇ ਥੋੜ੍ਹੇ ਹਿੱਸੇ ਦੇ ਵਿੱਚ ਆ ਸਕਦੇ ਨੇ, ਮੋਗੇ ਜ਼ਿਲ੍ਹੇ ਦੇ ਵੀ ਕੁਝ ਭਾਗ ਆ ਸਕਦੇ ਨੇ। ਸੋ ਇਹਨਾਂ ਹਿੱਸਿਆਂ ਦੇ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਦੀ ਬੱਦਲਵਾਈ ਦੇਖਣ ਨੂੰ ਮਿਲੇਗੀ। ਮੀਂਹ ਦੇ ਹਾਲਾਤ ਇਹਨਾਂ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਟੁੱਟਵੇਂ ਰੂਪ ਦੇ ਵਿੱਚ। ਅਤੇ ਉੱਥੇ ਹੀ ਅਜਿਹੀਆਂ ਕਾਰਵਾਈਆਂ ਆਪਾਂ ਨੂੰ ਕੁਝ ਨਵਾਂਸ਼ਹਿਰ ਦੇ ਆਸ ਪਾਸ ਦੇ ਹਿੱਸੇ, ਗੜਸ਼ੰਕਰ ਰਾਹੋਂ ਦੇ ਇਲਾਕੇ ਹੋ ਗਏ ਜਾਂ ਫਿਰ ਨੰਗਲ ਅਨੰਦਪੁਰ ਸਾਹਿਬ ਦੇ ਲਾਗਪਾਤ ਦੇ ਇਲਾਕੇ, ਚੰਡੀਗੜ੍ਹ ਮੋਹਾਲੀ ਸਾਈਡ ਦੇ ਇਲਾਕੇ ਹੋ ਗਏ, ਇਹਨਾਂ ਹਿੱਸਿਆਂ ਵਿੱਚ ਵੀ ਬੱਦਲਾਂ ਦੀ ਹਲਚਲ ਦੇਖਣ ਨੂੰ ਮਿਲੇਗੀ। ਅਤੇ ਉੱਥੇ ਹੀ ਕੁਝ ਬਠਿੰਡੇ ਦੇ ਆਸ ਪਾਸ ਦੇ ਹਿੱਸੇ ਹੋਣਗੇ, ਬਾਕੀ ਥੋੜ੍ਹੇ ਬਹੁਤ ਹਿੱਸੇ ਜਿਵੇਂ ਆਪਣੇ ਇਲਾਕੇ ਹੋ ਗਏ ਮੁਕਤਸਰ ਸਾਹਿਬ ਦੇ ਜਾਂ ਉਹਦੇ ਆਸ ਪਾਸ ਦੇ ਇਲਾਕੇ, ਇਹਨਾਂ ਭਾਗਾਂ ਵਿੱਚ ਵੀ ਹਲਕੀ ਦਰਮਿਆਨੀ ਬੱਦਲਵਾਈ ਦੇਖਣ ਨੂੰ ਮਿਲ ਸਕਦੀ, ਇੱਕ ਦੋ ਹਿੱਸਿਆਂ ਵਿੱਚ ਕਿਣ ਮਿਣ ਹੋ ਸਕਦੀ ਹੈ ਹਲਕੇ ਪੱਧਰ ਦੀ, ਜ਼ਿਆਦਾ ਮੀਂਹ ਦੇ ਹਾਲਾਤ ਇਹਨਾਂ ਹਿੱਸਿਆਂ ਵਿੱਚ ਨਹੀਂ ਹਨ। ਸੋ ਮੇਨ ਤੌਰ 'ਤੇ ਅੱਧੀ ਰਾਤ ਤੱਕ ਇਸੇ ਤਰ੍ਹਾਂ ਦੀ ਟੁੱਟਵੀਆਂ ਕਾਰਵਾਈਆਂ ਇਹਨਾਂ ਭਾਗਾਂ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ, ਬਾਕੀ ਛੋਟੇ ਮੋਟੇ ਜਿਹੜੇ ਬੱਦਲਵਾਈ ਆ ਹਲਕੀ ਦਰਮਿਆਨੀ ਉਹ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਦੇਖਣ ਨੂੰ ਮਿਲੇਗੀ। ਇਸ ਤੋਂ ਬਿਨਾਂ ਹੋਰ ਵੀ ਦੋ ਚਾਰ ਹਿੱਸਿਆਂ ਦੇ ਵਿੱਚ ਹੋ ਸਕਦਾ ਕਿ ਰਾਤ ਦੇ ਵੇਲੇ ਥੋੜ੍ਹੇ ਬਹੁਤ ਹਲਕੇ ਫੁਲਕੇ ਕਿਣ ਮਿਣ ਦੇ ਸਪੈਲ ਲੱਗ ਸਕਦੇ ਨੇ, ਹਲਕੀ ਫੁਲਕੀ ਮੀਂਹ ਦੇ ਛਰਾਟੇ ਲੱਗ ਸਕਦੇ ਨੇ। ਅਜਿਹੀ ਸੰਭਾਵਨਾ ਟੁੱਟਵੇਂ ਰੂਪ ਵਿੱਚ ਆਪਾਂ ਨੂੰ ਪੈਚੀ ਰੂਪ ਵਿੱਚ, ਮਤਲਬ ਜ਼ਿਲ੍ਹੇ ਦੇ ਕੋਈ 5-7 ਪਿੰਡਾਂ ਦਾ ਇਲਾਕਾ ਜਾਂ ਅਜਿਹੀਆਂ ਛੋਟੇ ਮੋਟੇ ਹਿੱਸਿਆਂ ਦੇ ਵਿੱਚ ਅਜਿਹੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ। ਬਾਕੀ ਜੋ ਕੱਲ੍ਹ ਸਵੇਰ ਦੀ ਅਪਡੇਟ ਉਹ ਕੱਲ੍ਹ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਵੇਗੀ। ਸੋ ਚੈਨਲ ਪੰਜਾਬ ਵੈਦਰ ਨਾਲ ਬਣੇ ਰਹੋ।